ਸਤਿਕਾਰ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਤੇ ਇਸ ਐਪੀਸੋਡ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕੁੱਲੜ ਪੀਜ਼ਾ ਔਰ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਕੁੱਲੜ ਪੀਜ਼ਾ ਤੇ ਨਿਊਡਲ ਬਰਗਰ ਵਗੈਰਾ ਜਿਹੜੇ ਨੇ ਉਹ ਦਿਖਾਵਾਂਗੇ ਹਸਬੈਂਡ ਵਾਈਫ ਨੇ ਬੜੀ ਕਿਊਟ ਜੀ ਜੋੜੀ ਜਿਹੜੀ ਆ ਇੱਥੇ ਕੰਮ ਕਰ ਰਹੀ ਆ ਔਰ ਉਹਨਾਂ ਨੂੰ ਮਿਲਾਉਂਦੇ ਹਾਂ ਤੁਹਾਡੇ ਨਾਲ ਕਿਉਂਕਿ ਜਲੰਧਰ ਦਾ ਕੁੱਲੜ ਪੀਜ਼ਾ ਵਾਲਾ ਤੁਸੀਂ ਵੇਖਿਆ ਸੀਗਾ ਸੁਣਿਆ ਸੀ ਸਾਰਿਆਂ ਨੇ ਉਹਨਾਂ ਦੇ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਨਜ਼ਦੀਕ ਜਿਹੜਾ ਹੈ MN ਪੀਜ਼ਾ ਕਰਕੇ ਹੈਗਾ ਉਹਨਾਂ ਨਾਲ ਮਿਲਾਉਣ ਜਾ ਰਿਹਾ ਤੁਹਾਨੂੰ ਦਿਖਾ ਰਿਹਾ ਸੋਰੀ ਇਹ ਹਸਬੈਂਡ ਵਾਈਫ ਦੋਨੋਂ ਬੜੇ ਕਿਊਟ ਜਿਹੇ ਜੋੜੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸਟਾਰਟਅਪ ਕਿੱਦਾਂ ਸ਼ੁਰੂ ਕੀਤਾ ਹੈ ਇਹ ਸਾਰੀ ਜਾਣਕਾਰੀ ਲੈਣ ਵਾਸਤੇ ਅੱਜ ਇਹਨਾਂ ਦੀ ਦੁਕਾਨ ਤੇ ਪਹੁੰਚੇ ਆ ਤੇ ਤੁਹਾਨੂੰ ਵੀ ਗੱਲਬਾਤ ਕਰਾਉਂਦੇ ਆ ਅੱਜ ਸੋ ਮਨੀਸ਼ ਭਾਜੀ ਤੇ ਨੇਹਾ ਮੈਮ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਭਾਜੀ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਸਾਡੇ ਚੈਨਲ ਤੇ ਜੀ ਥੈਂਕ ਯੂ ਜੀ ਥੈਂਕ ਯੂ ਮੈਮ ਕਿਸ ਤਰੀਕੇ ਨਾਲ ਆ ਰਿਹਾ ਪਹਿਲੀ ਇੰਟਰਵਿਊ ਤੁਹਾਡੀ ਹੈ ਮੇਰੇ ਖਿਆਲ ਨਾਲ ਚੈਨਲ ਤੇ ਕਿਸ ਤਰੀਕੇ ਨਾਲ ਲੱਗ ਰਿਹਾ ਜੀ ਕਿੰਨਾ ਨਾਲ ਲੱਗ ਰਿਹਾ ਅੱਛਾ ਲੱਗ ਰਿਹਾ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਤੁਹਾਨੂੰ ਮਿਲ ਕੇ ਜੀ ਥੈਂਕ ਯੂ ਮੈਂ ਤੁਹਾਨੂੰ ਦੱਸਦਾ ਕਿ ਭਾਜੀ ਹੁਣੀ ਇੱਥੇ ਇਹ ਕੁੱਲੜ ਪੀਜ਼ਾ ਜਿਹੜਾ ਹੈ ਉਹ ਬਣਾਉਂਦੇ ਨੇ ਔਰ ਆਪਾਂ ਅੱਜ ਕੁੱਲੜ ਪੀਜ਼ੇ ਨੂੰ ਲੈ ਕੇ ਹੀ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਆਏ ਹਾਂ ਕਿਉਂਕਿ ਅਸੀਂ ਕਾਫੀ ਦੇਰ ਤੋਂ ਇੱਥੋਂ ਕ੍ਰੋਸ ਕਰਦੇ ਸੀ ਜਦੋਂ ਵੀ ਤਾਂ ਦੇਖਦੇ ਸੀ ਬੜੇ ਕਿਊਟ ਜਿਹੇ ਕੱਪਲ ਜਿਹੜੇ ਨੇ ਕੁੱਲੜ ਪੀਜ਼ਾ ਵੇਚ ਰਹੇ ਨੇ ਆਪਾਂ ਗੱਲਬਾਤ ਕਰ ਲਏ ਭਾਜੀ ਕੁੱਲੜ ਪੀਜ਼ਾ ਵੇਚਣ ਦਾ ਮਨ ਦੇ ਵਿੱਚ ਖਿਆਲ ਕਦੋਂ ਆਇਆ ਅਤੇ ਕਿੱਦਾਂ ਆਇਆ ਵੀ ਆਹ ਕੁੱਲੜ ਪੀਜ਼ਾ ਇੱਕ ਟ੍ਰੈਂਡਿੰਗ ਆਈਟਮ ਹੈਗੀ ਜੀ ਬਹੁਤ ਟ੍ਰੈਂਡ 'ਚ ਹੈਗੀ ਹੈ ਅਤੇ ਬੇਸਿਕਲੀ ਇਸ ਕਰਕੇ ਸਾਡਾ ਵਿਚਾਰ ਆਇਆ ਜੀ ਕੁੱਲੜ ਪੀਜ਼ਾ ਤਿਆਰ ਕਰੀਏ ਇੱਕ ਸੇਲ ਨੂੰ ਵੀ ਬੂਸਟ ਕਰਦਾ ਹੈਗਾ ਵੈ ਅਤੇ ਆਈਟਮ ਵੀ ਵਧੀਆ ਹੈਗੀ ਹੈ ਜੀ ਖਾਣ 'ਚ ਵੀ ਅੱਛੀ ਹੈਗੀ ਹੈ ਪਲੀਜ਼ ਤੁਸੀਂ ਆਓ ਅਤੇ ਟਰਾਈ ਕਰੋ ਸਾਡੀ ਆਈਟਮ ਨੂੰ ਇਹ ਦੋਨਾਂ ਦੇ ਵਿੱਚੋਂ ਵਧੀਆ ਕੌਣ ਬਣਾਉਂਦਾ ਹੈ ਕੁੱਲੜ ਪੀਜ਼ਾ ਇਹ ਦੱਸੋ ਮੈਨੂੰ ਹੈ ਨਾ ਦੋਨੇ ਹੀ ਬਹੁਤ ਵਧੀਆ ਬਣਾਉਂਦੇ ਹਾਂ ਜੀ ਰੋ ਮੈਂ ਤਿਆਰ ਕਰਦਾ ਹੈਗਾ ਬਾਕੀ ਟੱਚਿੰਗ ਮੈਡਮ ਦਿੰਦੇ ਹੈਗੇ ਜੀ ਉੱਪਰ ਅੱਛਾ ਜੀ ਮੈਮ ਜਦੋਂ ਤੁਸੀਂ ਇੱਥੇ ਆਏ ਸੀਗੇ ਪਹਿਲੀ ਵਾਰ ਦੁਕਾਨ 'ਤੇ ਤੁਹਾਨੂੰ ਐਕਸਪੀਰੀਅੰਸ ਸੀਗਾ ਇਸ ਚੀਜ਼ ਦਾ ਕਿ ਨਹੀਂ ਸੀਗਾ ਨਹੀਂ ਮੈਨੂੰ ਬਿਲਕੁਲ ਐਕਸਪੀਰੀਅੰਸ ਨਹੀਂ ਸੀਗਾ ਮੈਂ ਆਪਣੇ ਹਸਬੈਂਡ ਨੂੰ ਦੇਖ ਦੇਖ ਕੇ ਜਿੱਦਾਂ ਉਹ ਬਣਾਉਂਦੇ ਸੀ ਕਰਦੇ ਸੀ ਮੈਂ ਉਹਨਾਂ ਨਾਲ ਥੋੜ੍ਹਾ ਟਾਈਮ ਸਪੈਂਡ ਕਰਦੀ ਸੀ ਅਤੇ ਮੈਨੂੰ ਉਹਦੇ ਤੋਂ ਦੇਖ ਕੇ ਉਹਨਾਂ ਨੂੰ ਮੈਨੂੰ ਸਿੱਖਿਆ ਮੈਂ ਸਾਰਾ ਕੁਛ ਜ਼ਿਆਦਾ ਟਾਈਮ ਨਹੀਂ ਲੱਗਾ ਪਰ ਮੈਂ ਥੋੜ੍ਹੇ ਘੱਟ ਟਾਈਮ 'ਚ ਹੀ ਸਿੱਖ ਲਿਆ ਸੀਗਾ ਅੱਛਾ ਇਹ ਸਰ ਇੱਕ ਤਾਂ ਗੱਲ ਦੱਸੋ ਕਿ ਤੁਸੀਂ ਕਿੰਨਾ ਚਿਰ ਪਹਿਲੇ ਇਹ ਸਟਾਰਟਅਪ ਸ਼ੁਰੂ ਕੀਤਾ ਸੀਗਾ ਅਤੇ ਕਿਸ ਤਰੀਕੇ ਨਾਲ ਕਿਉਂਕਿ ਇਸ ਤੋਂ ਪਹਿਲੇ ਕੀ ਕਰਦੇ ਸੀਗੇ ਇਸ ਤੋਂ ਪਹਿਲਾਂ ਸਰ ਮੈਂ ਜੋਬ ਕਰਦਾ ਸੀਗਾ ਅਤੇ ਮੈਨੂੰ ਸਾਲ ਹੋ ਗਿਆ ਜੀ ਇਹ ਸਟਾਰਟਅਪ ਸ਼ੁਰੂ ਕੀਤੇ ਨੂੰ ਅਤੇ ਕੁੱਲੜ ਪੀਜ਼ਾ ਸ਼ੁਰੂ ਕੀਤੇ ਨੂੰ ਮੈਨੂੰ 1 month ਹੋਇਆ ਜੀ ਅਤੇ ਬਾਕੀ ਅਸੀਂ ਬਹੁਤ ਅੱਛੀ ਪੀਜ਼ਾ ਬਣਾਉਂਦੇ ਹਾਂ ਤੁਸੀਂ ਲੋਕ ਆ ਕੇ ਟਰਾਈ ਕਰਨ ਬੜੇ ਸਸਤੇ ਰੇਟਾਂ 'ਚ ਹੈਗਾ ਪੀਜ਼ਾ ਸਾਡਾ ਜੋਬ ਜਿਹੜਾ ਬੰਦਾ ਕਰਦਾ ਉਹਦਾ ਇੱਕ ਫਿਕਸ ਸੈਲਰੀ ਹੁੰਦੀ ਹੈ ਔਰ ਹਮੇਸ਼ਾ ਜਿਹੜਾ ਕਾਰੋਬਾਰ ਹੁੰਦਾ ਉਹਦੇ ਵਿੱਚ ਰਿਸਕ ਹੁੰਦਾ ਹੈ ਇਹਨਾਂ ਦੋਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੋਬ ਫਿਕਸ ਸੈਲਰੀ ਵਧੀਆ ਹੁੰਦੀ ਹੈ ਕਿ ਰਿਸਕ ਵਾਲਾ ਕਾਰੋਬਾਰ ਚੰਗਾ ਹੁੰਦਾ ਹੈ ਹੁਣ ਤੁਹਾਡਾ ਐਕਸਪੀਰੀਅੰਸ ਵੀ 1 ਸਾਲ ਦਾ ਹੋ ਗਿਆ ਇਸ ਮਾਮਲੇ ਨਹੀਂ ਜੀ ਮੇਰਾ ਐਕਸਪੀਰੀਅੰਸ ਕਹਿੰਦਾ ਜੀ ਰਿਸਕ ਵਾਲਾ ਕਾਰੋਬਾਰ ਬਹੁਤ ਵਧੀਆ ਹੁੰਦਾ ਬਿਜ਼ਨਸ ਬਿਜ਼ਨਸ ਹੀ ਹੈ ਬਿਜ਼ਨਸ 'ਤੇ ਬੰਦਾ ਐਕਸਪੈਂਡ ਹੋ ਸਕਦਾ ਵੈ ਜੋਬ 'ਤੇ ਜੋਬ ਵੀ ਬਹੁਤ ਵਧੀਆ ਸੀ ਮੇਰੀ ਬੜੇ ਅੱਛੇ ਸੀਗੇ ਮੇਰੇ ਨਾਲ ਕੋਆਪਰੇਟਿਵ ਸੀਗੇ ਮੇਰੇ ਮਾਲਿਕ ਪਰ ਮੈਂ ਸੋਚਿਆ ਕਿ ਮੈਂ ਇੱਕ ਵਾਰੀ ਆਪਣਾ ਕੰਮ ਕਰਕੇ ਮਤਲਬ ਕਿ ਦੇਖਣਾ ਚਾਹੁੰਦਾ ਹੈਗਾ ਪਰ ਪਰਮਾਤਮਾ ਸਕਸੈਸ ਦੇ ਰਿਹਾ ਹੈਗਾ ਅੱਗੇ ਤੁਹਾਡਾ ਵੀ ਵੀਰਾਂ ਦਾ ਸਾਥ ਹੈ ਜੀ ਅੱਛਾ ਇੱਥੇ ਕੀ ਬਣਾਉਂਦੇ ਹੋ ਤੁਸੀਂ ਸਾਨੂੰ ਦੱਸ ਦਿਓ ਮੈਨਿਊ ਦੇ ਵਿੱਚ ਕੀ ਅਤੇ ਤੁਹਾਡੇ ਕੋਲ ਕੀ ਹੈ ਸਰ ਮੇਰੇ ਕੋਲ ਪੀਜ਼ਾ ਬਰਗਰ ਸੈਂਡਵਿਚਿਸ ਅਤੇ ਨਿਊਡਲਸ ਫਿਲਹਾਲ ਮੈਂ ਬਣਾ ਰਿਹਾ ਜੀ ਅੱਗੇ ਆਪਾਂ ਹੋਰ ਪੀਜ਼ਾਸ ਵੀ ਇੰਟਰੋਡਿਊਸ ਕਰਾਂਗੇ ਅਤੇ ਹੋਰ ਆਈਟਮਾਂ ਵੀ ਇੰਟਰੋਡਿਊਸ ਕਰਾਂਗੇ ਇਸ ਤੋਂ ਪਹਿਲੇ ਕਿ ਮੈਂ ਹੋਰ ਗੱਲਾਂ ਬਾਤਾਂ ਕਰਵਾਵਾਂ ਪਹਿਲੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਜਿਹੜਾ ਪੀਜ਼ਾ ਬਣਾਉਂਦੇ ਨੇ ਭਾਜੀ ਹੁਣੀ ਉਹ ਕਿਸ ਤਰੀਕੇ ਨਾਲ ਬਣਾਉਂਦੇ ਨੇ ਉਹ ਰੈਸਪੀ ਦਿਖਾ ਦਿੰਦੇ ਹਾਂ ਇਸ ਦੇ ਨਾਲ ਹੀ ਮੈਮ ਹੁਣ ਕੁੱਲਰ ਪੀਜ਼ਾ ਵੀ ਬਣਾਉਣਗੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਇਸ ਤੋਂ ਬਾਅਦ ਫਿਰ ਇੱਕ ਵਾਰੀ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਇਹਨਾਂ ਦੀ ਲਾਈਫ ਚੱਲਦੀ ਹੈ ਘਰੇਲੂ ਹਾਲਾਤ ਕਿਸ ਤਰੀਕੇ ਨੇ ਕਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈ ਸਟਾਰਟਅਪ ਨੂੰ ਮੈਨੇਜ ਕਰ ਰਹੇ ਨੇ ਇਹ ਮਸ਼ਰੂਮ ਕਟਿੰਗ ਹੋ ਰਹੀ ਜੀ ਫਾਰਮ ਹਾਊਸ ਪੀਜ਼ੇ ਵਾਸਤੇ ਇਹ ਸਾਡਾ 8 ਇੰਚੀ ਬੇਸ ਹੈ ਜੀ ਇਹ ਫਾਰਮ ਹਾਊਸ ਪੀਜ਼ਾ ਜੀ ਪੀਜ਼ਾ ਸੌਸ ਲੱਗ ਰਹੀ ਜੀ ਉੱਤੇ ਇਹ ਕੈਪਸੀਕਮ ਆ ਗਏ ਜੀ ਇਹ ਮਸ਼ਰੂਮ ਆ ਗਈ ਜੀ ਪੀਜ਼ੇ ਦੇ ਉੱਤੇ ਇਹ ਚੀਜ਼ ਬਲੈਂਡ ਆ ਗਿਆ ਜੀ ਜਿਹਨੂੰ ਚੀਜ਼ ਬ੍ਰੈਸਟ ਕਹਿੰਦੇ ਆ ਕੈਪਸੀਕਮ ਆ ਗਈ ਜੀ ਇਹ ਵੀ ਆ ਟਮਾਟੋ ਆ ਗਏ ਪੀਜ਼ੇ 'ਤੇ ਇਹ ਕੌਨਸ ਆ ਗਏ ਜੀ ਇਹ ਸਾਡਾ ਫਾਰਮ ਹਾਊਸ ਸਪੈਸ਼ਲ ਪੀਜ਼ਾ ਹੈਗਾ ਜੀ ਇਹ ਪੀਜ਼ਾ ਚੀਜ਼ ਹੈ ਜੀ
यह हूँ ओवन च जा रहा जी बेक होने वास्ते। पांच मिनट का टाइम है जी, पांच मिनट से बेक हो जाएगा जी। ये वैसे स्पेशल तैयार की होंगी अपनी जी? हाँ जी, हाँ जी सर, वैसा ही टेस्ट है जी पिज्जे के उत्ते। कुल्लड़ पिज़्ज़ा रेसपी हैगी है, इंदे विच बंद नूं बंद पाने असीं कटिंग करके, उस तो बाद इंदे विच नाल वैजीटेबल्स ऐड हुंदियां ने। वेजिटेबल्स कॉर्न ओनियन कैप्सिकम सारा मिक्स कर देता हूं मैं। हाँ जी, इनू थोड़ा गर्म किया जाएगा और उस तो बाद कुल्लड़ विच फिर अपनी सॉस जिहड़ी साड़ी बनाई हुई है वो नाल मिक्स करके फिर कुल्लड़ विच फिल करके ओवन च लगाया जाएगा। बर्गर पीसीस हैगे विद वैजिटेबल्स हैगी हैं और अपनी बनाई हुई सॉस हैगी और उनके नाल मैगनेट किया जा रहा है इनू पूरा मिक्स। इस तो बाद इनू की किया जाएगा मैम? इनू कुल्लड़ विच फिल किया जाएगा। पहले उन्होंने बनाई हुई चटनी जी है सॉस हैगी है, पाई जा रही है कूलर के बेच। ये मैम सॉस जी थोड़ी घर बनाई हुई है जी? हाँ जी, हाँ जी बिल्कुल जी। अच्छा, ये पहले पाई जाती है? हाँ जी बिल्कुल, थोड़ा जा सॉस से नाल और अपनी चीज ब्लेंड फिर उस तो बाद इस इन्दे विच फिल करना। पहले हाफ से फिलिंग कर देना। हाँ जी बिल्कुल जी, इंदे विच और भी सॉसेस ऐड हुंदियां हैगियां, देख सकते हो। पहले हाफ फिलिंग कीती है, उस तो बाद इदे विच चीज पाई जाएगी। इस तो बाद की कीता जाएगा? हल्की हल्की चीज फिर सॉसेस। कुल्लड़ विच तीन तरह का फ्लेवर आएगा, तीसरी बार फिलिंग कीती जा रही है। ये तीसरी बार मैम? हाँ जी बिल्कुल जी, इस तो बाद चीज ब्लेंड और सॉसेस चीज पाया जाएगा। हम्म,
इस तो बाद सीधा बेकिंग वास्ते। हाँ जी, बेकिंग लिए रेडी है उनके में। हाँ जी, हले सिर्फ चीज पानी है कि चीज केड़ा होना मैम? मोज़रेला चीज। ये मोज़रेला चीज जड़ा है वो फिल किया जा रहा है, देखो भरया गया तो पूरा। ये तीनों रेडी कर लो मैं पहले। हाँ जी, रेडी है मैम? बिल्कुल जी रेडी है जी। ओवन से बेक ऑन ले। देखो जी ये तीनों जड़े ने सो तुसीं देखिया कि किवें ये जड़ा है वो पिज़्ज़ा ते कूलर पिज़्ज़ा जड़ा तैयार किया और असी खा के भी देखा काफ़ी टेस्ट सीगा। और उस तो बाद हुण आपां फिर एक बार नेहा मैम ते मनीष भाई दे कोल आ गए। मैम खा लिया असी पिज़्ज़ा भी, कूलर पिज़्ज़ा भी बड़ा टेस्ट सीगा, भाजी ने भी बनाया पिज़्ज़ा, तुसीं भी बनाया कूलर पिज़्ज़ा। कदी तुसीं पिज़्ज़ा खिला स्पैशली तौर पर भाजी नूं खिलाया ते भाजी ने तुहानूं कुछ स्पैशल बना के खवाया कदी? हाँ हाँ जी, ए जदों छुट्टी होंदी हैगी सीगी पहला जॉब दे टाइम विच, उदों अच्छा मैं कहंदी सी कुछ बना के सानूं घर खिलाओ। ये कुछ बनांदे सी अच्छा, सब्जी वगैरह कुछ भी, बड़ियां अच्छी अच्छी चीज़ां। फिर पिज़्ज़ा वगैरह भी ट्राई असी कीता ते फिर मैनूं लगा कि अच्छा हैगा वै, बड़ा अच्छा लगा, सारी फैमिली नूं अच्छा लगा इन्हां दे बनाया होया पिज़्ज़ा। ते असी क्या कि उस तों बाद असी सोचा कि असी अपना काम करिए इस तों बाद। ਜਦੋਂ ਕਦੇ ਤੁਹਾਨੂੰ ਖਾਣਾ ਜ਼ਿਆਦਾ ਘਰ ਜਾ ਕੇ ਇੱਥੋਂ ਘਰ ਜਾ ਕੇ ਖਾਣਾ ਵੀ ਬਣਾਉਣਾ ਪੈਂਦਾ ਹੋਏਗਾ? ਹਾਂਜੀ, ਕਿਸੇ ਟਾਈਮ ਬਣਾਉਣਾ ਪੈਂਦਾ। ਵੈਸੇ ਫੈਮਿਲੀ ਸਪੋਰਟ ਹੈਗਾ ਸਾਡੇ, ਮੰਮਾ ਸਾਡੇ ਜ਼ਿਆਦਾ ਹੈਲਪ ਕਰਦੇ ਹੈਗੇ ਆ, ਮੰਮਾ ਪਾਪਾ ਦੋਨਾਂ ਦੀ ਬਹੁਤ ਜ਼ਿਆਦਾ ਹੈਲਪ ਹੈਗੀ ਹੈ। ਮੰਮਾ ਬੱਚਿਆਂ ਨੂੰ ਔਰ ਪੂਰਾ ਕਿਚਨ ਦਾ ਦੇਖ ਲੈਂਦੇ ਹੈਗੇ ਆ। ਗੁੱਸਾ ਕਰਦੇ ਇੱਕ ਦੂਜੇ 'ਤੇ ਕਦੀ ਕਿ ਨਹੀਂ? ਹਾਂਜੀ, ਹਲਕਾ ਫੁਲਕਾ ਹੁੰਦਾ ਰਹਿੰਦਾ ਹੈਗਾ ਕੰਮ ਵਿੱਚ, ਕਿਉਂਕਿ ਮੈਨੂੰ ਪ੍ਰੋਪਰ ਆਉਂਦਾ ਨਹੀਂ ਸੀ ਸਟਾਰਟਿੰਗ 'ਤੇ, ਅਤੇ ਹੁਣ ਥੋੜ੍ਹਾ ਸਿੱਖ ਲਿਆ ਹੈਗਾ ਇਸ ਲਈ ਹੁਣ ਥੋੜ੍ਹਾ ਘੱਟ ਹੁੰਦਾ, ਪਹਿਲਾਂ ਥੋੜ੍ਹਾ ਹੋ ਜਾਂਦਾ ਸੀ। ਹੁਣ ਚੈਫ ਬਣ ਗਏ ਹੈਗੇ ਆ, ਪਹਿਲਾਂ ਡਾਂਟ ਡੂਟ ਦਿੰਦੇ ਸੀ ਥੋੜ੍ਹਾ? ਹਾਂਜੀ, ਸਿੱਖਣ ਲਈ ਫਿਰ ਥੋੜ੍ਹੀ ਡਾਂਟ ਖਾਣੀ ਪੈਂਦੀ ਹੈ ਜੀ। ਮਤਲਬ ਵਧੀਆ ਪਿਕਅਪ ਕਰਦੇ ਹੈਗੇ ਨੇ ਕੰਮ ਨੂੰ, ਬੜੀ ਜਲਦੀ ਸਿੱਖਿਆ ਇਹਨਾਂ ਨੇ। ਕਈਆਂ ਨੂੰ ਟਾਈਮ ਲੱਗ ਜਾਂਦਾ, ਪਰ ਮੇ ਬੀ 15 ਕੁ ਦਿਨ ਲਏ ਹੋਣਗੇ ਇਹਨਾਂ ਨੇ। ਫਿਰ ਮੈਨੂੰ ਇਹਨਾਂ ਨੇ ਇੰਡੀਪੈਂਡੈਂਟ ਹੀ ਕਰਤਾ ਸੀ, ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਦੁਕਾਨ 'ਤੇ, ਅਤੇ ਸਮਾਨ ਵਗੈਰਾ ਵੀ ਲੈਣ ਜਾਣਾ ਪੈਂਦਾ ਸੀ ਮੈਨੂੰ ਬਾਜ਼ਾਰ, ਅਤੇ ਇਕੱਲੇ ਦੁਕਾਨ 'ਚ ਕਸਟਮਰ ਵਗੈਰਾ ਵੀ ਹੈਂਡਲ ਕਰ ਲੈਂਦੇ ਸੀ। ਬਹੁਤ ਸਾਥ ਦਿੱਤਾ ਇਹਨਾਂ ਨੇ ਮੇਰਾ। ਅਤੇ ਬਾਕੀ ਕਦੀ ਛੁੱਟੀ ਵਾਲੇ ਦਿਨ ਮੈਂ ਵੀ ਇਹਨਾਂ ਨੂੰ ਕੁਛ ਨਾ ਕੁਛ ਬਣਾ ਕੇ ਖਵਾਉਂਦਾ ਹੁੰਦਾ ਸੀਗਾ, ਅਤੇ ਹੁਣ ਵੀ ਆਪਾਂ ਆਪਸ 'ਚ ਬਣਾਈਦਾ ਸਮਾਨ, ਘਰ ਵੀ ਖਾਈਦਾ। ਘਰ ਬਣਾਈ ਹੋਈ ਕਿਹੜੀ ਡਿਸ਼ ਜਿਹੜੀ ਆ ਮੈਮ ਹੁਣਾਂ ਦੇ ਹੱਥਾਂ ਦੀ ਤੁਹਾਨੂੰ ਸਭ ਤੋਂ ਜ਼ਿਆਦਾ ਬੈਸਟ ਲੱਗਦੀ ਹੈ? ਮੈਮ ਸਭ ਕੁਛ ਹੀ ਬਹੁਤ ਵਧੀਆ ਬਣਾਉਂਦੇ ਆ ਜੀ, ਪਰ ਅਸੀਂ ਘਰ ਵਿੱਚ ਦਾਲ ਜਿਹੜੀ ਬਣਾਉਂਦੇ ਆ ਚਮਕ ਕੇ ਪਿਆਜ ਨਾਲ, ਘਿਓ ਨਾਲ, ਉਹ ਬਹੁਤ ਸ਼ਾਨਦਾਰ ਹੈਗੀ ਜੀ, ਮੈਨੂੰ ਉਹਦੇ ਨਾਲ ਨਜ਼ਾਰਾ ਆ ਜਾਂਦਾ ਰੋਟੀ ਖਾ ਕੇ। ਕਿਆ ਬਾਤ ਹੈ ਜੀ। ਸੋ ਦੇਖ ਸਕਦੇ ਹੋ ਕਿੰਨੀਆਂ ਕਿਊਟ ਕਿਊਟ ਗੱਲਾਂ ਕਰ ਰਹੇ, ਮਸਤ ਮਸਤ ਗੱਲਾਂ ਵੀ ਆ। ਪਰ ਇਸ ਦੇ ਨਾਲ ਨਾਲ ਆਪਾਂ ਵੀ ਮੈਡਮ ਹੁਣਾਂ ਨੂੰ ਪੁੱਛ ਲਏ, ਮੈਮ ਤੁਸੀਂ ਕੀ ਤਿਆਰ ਕਰਦੇ ਹੋ ਉੱਥੋਂ? ਮੈਂ ਓਵਰਆਲ ਮੈਨਿਊ ਤਿਆਰ ਕਰ ਲੈਂਦੇ ਆ ਜੀ, ਹੁਣ ਐਕਸਪਰਟ ਹੋ ਗਏ ਹੈਗੇ ਆ, ਬਾਕੀ ਤੁਹਾਨੂੰ ਦੱਸਣਗੇ ਮੈਡਮ ਸਾਡੀ ਸਾਰੀ ਆਈਟਮਾਂ ਤਕਰੀਬਨ 90% ਤੱਕ ਕਲੀਅਰ ਕਰ ਲੈਂਦੇ ਹੈਗੇ ਆ। ਪੀਜ਼ਾ, ਬਰਗਰ, ਸੈਂਡਵਿਚ ਇਹ ਮੈਂ ਤਿਆਰ ਕਰ ਲੈਂਦੀ ਹਾਂ, ਸਿਰਫ ਇੱਕ ਨਿਊਡਲ ਨੂੰ ਛੱਡ ਕੇ, ਔਰ ਕੂਲਰ ਪੀਜ਼ਾ। ਕਈ ਤਰ੍ਹਾਂ ਦੇ ਕਸਟਮਰ ਤੁਸੀਂ ਕਰਦੇ ਹੋ? ਹਾਂਜੀ, ਕੂਲਰ ਪੀਜ਼ਾ ਬਣਾ ਲੈਂਦੇ ਸਰ। ਅੱਛਾ, ਕਿ ਜਿਹੜੇ ਕਹਿੰਦੇ ਰੋ ਜਿਹੜਾ ਫਰਾਈ ਸਟੇਅਰ ਕਰਨੀ ਪੈਂਦੀ ਹੈ, ਉਹਦੇ 'ਚ ਦਿੱਕਤ ਹੈਗੀ ਇਹਨਾਂ ਨੂੰ, ਸਾਡਾ ਕਾਊਂਟਰ ਉੱਚਾ ਹੈਗਾ, ਬਾਕੀ ਬਣਾ ਲੈਂਦੇ ਹੈਗੇ, ਰੈਸਿਪੀ ਸਾਰੀ ਇਹਨਾਂ ਨੂੰ ਪਤਾ ਹੈਗੀ ਹੈ। ਬਾਕੀ ਅਸੀਂ ਕੂਲਰ ਪੀਜ਼ਾ ਬਣਾਉਣ ਤੋਂ ਪਹਿਲਾਂ ਕਾਫੀ ਵਾਰ ਟਰਾਈ ਕੀਤਾ, ਆਪਣੇ ਰਿਲੇਟਿਵਸ ਨੂੰ ਵੀ ਟਰਾਈ ਕਰਾਇਆ, ਜਦੋਂ ਉਹਨਾਂ ਨੇ ਸਾਨੂੰ ਕਿਹਾ ਕਿ ਠੀਕ ਹੈ ਅੱਛਾ ਹੈਗਾ, ਕਈ ਵਾਰ ਸਾਡੇ ਕਸਟਮਰ ਵੀ ਬੜੇ ਅੱਛੇ ਹੈਗੇ ਆ, ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਨਹੀਂ, ਕਈ ਵਾਰ ਆਪਾਂ ਉਹਨਾਂ ਨੂੰ ਦਿੱਤਾ ਕੂਲਰ ਪੀਜ਼ਾ, ਜ਼ਿਆਦਾ ਸੌਸੀ ਹੋ ਰਿਹਾ ਸੀ,
तो सही नहीं सी, पर उन्होंने सानू गाइड किया कि इदा इदा कस्टमर को भी बहुत कुछ सीखने को मिलता है। मतलब जिस तरीके का रिव्यू आते उन्होंने हैंडल भी कर। हाँ जी, जिदा कस्टमर कहता उदा मतलब कि उन्होंने बना के दे दी है चीज़। तो बाकी तो कस्टमर ने बहुत जगह खाधा होंगे, तो पता उन्होंने साढ़े नाल भी ज़्यादा वधिया नॉलेज होंगी है। अच्छा, मैं कभी ये नहीं सोचा कि तुहाडे जिहड़े पेरेंट्स होणगे, तुहाडी फैमिली होएगी, वो कहणगे यार कि पिज्जे वाले दे नाल, हुण तुसीं पिज्जे वाले दे कहांगे कि पिज्जे वाला हसबेंड है, इदां दा कोई कमेंट तो नहीं कि किसे ने कीता तुहाडे किसे फैमिली दे विच इदां दा होंदा? नहीं नहीं, मजाक वगैरह करदे ने लोक? नहीं, इदा की कोई गल नहीं हैगी, इदा का कोई मजाक नहीं किया, सारिया ने सानू सपोर्ट ही किया है। पहली गल तो असं खुद ही नहीं दोनों जने ध्यान देंगे, क्योंकि असं कहने कि साड़ा अपना हैगा वै, असं अपना सर्कल किदा चलाना हैगा है, इसलिए जो सारे दिया गल्लां सुनांगे तो फिर असं कोई काम नहीं कर पावांगे। इसलिए असं अपने आप नू, अपने बच्चों नू देख के असं अपना ही मतलब सोचते हैगे हाँ। इस अच्छा भाजी, मैरिज जी सी तुहाडी अरेंज सी कि लव मैरिज सी? नहीं, अरेंज मैरिज हैगी सी जी। अरेंज मैरिज दे विच इन्ना वधिया है ना सेटअप, मेरे ख्याल नाल बहुत घट देखण नू मिलदा। नहीं जी, बहुत वधिया नेचर इन्हां दी है, बहुत वधिया नेचर मेरे लॉस च हैगी है, तो अच्छे ने जी, वधिया तालमेल उन्हां दा, बड़े एप्रीशिएटिंग हैगे। जो असीं काम खोलना सीगा उन्होंने सानू बहुत एप्रीशिएट किया, नहीं बेटा करो तुसीं, मतलब कि करना चाहिए हैगा तुहानू, तो इस करके उन्होंने भी बहुत प्रमोट किया सानू कि नहीं करो अपना बिजनेस। अच्छा, एक बार ये दस दें कि गोपाल मंदिर अमृतसर के नज़दीक बिल्कुल इन्हों का हैगा स्टार्टअप हैगा MN पिज़्ज़ा करके, तो विजिट जरूर करना। भाजी साढ़े दर्शकों को कोई अपील करनी चाहोगे? हाँ जी हाँ जी सर, मैं अपील करना चाहवागा जी, चौंक च बड़ा इतिहासिक मंदिर हैगा गोपाल मंदिर, जब तुम इतने विजिट करते हो या टूरिस्ट इतने विजिट करता है तो प्लीज़ चौंक से साड़ी भी दुकान हैगी MN पिज़्ज़ा, फूड का टेस्ट लवो, फूड बड़ा अच्छा बनाने, तो तुहानू पता पंजाबी मशहूर है, वधिया फूड बनाने वास्ते असं भी उस ट्राई चाहिए जी, वधिया तो वधिया तुहानू खवाइए, तो एक बार जरूर तुसी प्लीज़ ट्राई करो। कितना चिर हो गया मैरिज? 10 साल हो गए। बच्चे भी? हाँ जी, दो कुड़ियां मेरिया, दो बेटियां जी, जी स्कूल जांदियां, तो मैडम सवेरे उन्होंने स्कूल भेज के घर का काम करके शामी उन्होंने ट्यूशन भेज के फिर दुकान पर आते हैं 5:30-6 बजे के लागे जाए। बाकी जो कोई फैसटिवल होता है, वर्किंग डे होता है, उस दिन सवेरे भी आके मेरा साथ देंगे, तो घर भी पूरी मेहनत करते हैं। थैंक यू सो मच साढ़े नाल गलबात करने लई, बहुत बहुत धन्यवाद। पर एक गल तुहानू दस दें कि अच्छा खासा पैकेज छड के अपना स्टार्टअप शुरू किया है, वड्डा रिस्क हुंदा जो कारोबार शुरू करना हुंदा, क्योंकि फैमिली एक चल रहा हुंदा, सारा सर्कल चल रहा हुंदा, उसनू छड के एकदम कोई नवा कारोबार करना बड़ा रिस्की हुंदा। पर इन्हां दोनों हसबेंड वाइफ का जिहड़ा कॉम्बीनेशन सीगा वधिया सीगा, इन्हां दोनों ने बड़े ही प्यार दे नाल इस कारोबार नू शुरू किया है, तो इन्होंने अपील भी यही किया कि एक बारी जरूर विजिट करो साडी दुकान ते, तां जो तुसी टेस्ट करो इस चीज़ साडे समान नू, उस तो बाद ही रिव्यू दिओ चंगा माड़ा की हैगा वो तुसी आप आके वेखो, क्योंकि इन्हां नू अपने पूरा कॉन्फिडेंस है। कैमरामैन अश्विनी दे नाल बिक्रम गिल, खबर हरपल इंडिया, अमृतसर।